ਕੋਰੋਨਾ ਦੇ ਖਿਲਾਫ ਜਾਗਰੂਕਤਾ ਜਿਹੜੀ ਦੇਸ਼ ਅਤੇ ਦੁਨੀਆ ਭਰ ਦੇ ਵਿੱਚ ਕੀਤੀ ਜਾ ਰਹੀ ਹੈ ਅਤੇ ਹੁਣ ਇੱਕ ਵੱਡਾ ਪ੍ਰਯਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਜਿੱਥੇ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਦਾ ਜਿਹੜਾ ਪਰਿਕਰਮਾ ਹੈ ਔਰ ਜਿਹੜਾ ਰਸਤਾ ਹੈ ਉਹਨੂੰ ਸਾਫ਼ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਜਿਹਨੂੰ ਲੈ ਕੇ ਜਿਹੜੀਆਂ ਸਰਾਵਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜੀਆਂ ਨੇ ਕਿ ਸਭ ਤੋਂ ਇੰਪੋਰਟੈਂਟ ਮੰਨੀਆਂ ਜਾਂਦੀਆਂ ਨੇ, ਉਹਨਾਂ ਨੂੰ ਜਿਹੜਾ ਸਾਫ਼ ਕੀਤਾ ਜਾ ਰਿਹਾ ਅਤੇ ਆਸ ਪਾਸ ਦਾ ਚਗਰਦਾ ਜਿਹੜਾ ਕਿ ਸਭ ਨਾਲੋਂ ਇੰਪੋਰਟੈਂਟ ਹੈ ਉਹਦੀ ਸਫਾਈ ਕੀਤੀ ਜਾ ਰਹੀ ਹੈ। ਦਰਅਸਲ ਇਹਨੂੰ ਕਰਨ ਦਾ ਇੱਕ ਵਿਸ਼ੇਸ਼ ਮਕਸਦ ਇਹ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸ਼੍ਰੀ ਹਰਿਮੰਦਰ ਸਾਹਿਬ ਦੀ ਅਗਰ ਗੱਲ ਕਰੀਏ ਤਾਂ ਕਈ ਜਿਹੜੇ ਲੋਕ ਦੇਸ਼ ਅਤੇ ਵਿਦੇਸ਼ ਤੋਂ ਇੱਥੇ ਪੁੱਜੇ ਸੀ ਔਰ ਆਖਿਆ ਜਾ ਰਿਹਾ ਸੀ ਕਿ ਵਿਦੇਸ਼ਾਂ 'ਚ ਇਹ ਵਾਇਰਸ ਜਿਹੜਾ ਸਭ ਤੋਂ ਜ਼ਿਆਦਾ ਸੀ ਔਰ ਉਹਨੂੰ ਲੈ ਕੇ ਕਿਸੇ ਤਰ੍ਹਾਂ ਕਿਤੇ ਤਰੀਕੇ ਕਿਉਂਕਿ ਹੁਣ ਸਰਾਵਾਂ ਖਾਲੀ ਨੇ, ਲੋਕਾਂ ਦੀ ਆਮਦ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੱਟੀ ਹੈ ਅਤੇ ਹੁਣ ਜਿਹੜਾ ਹੈ ਹੁਣ ਇੱਕ ਪ੍ਰਯਾਸ ਕੀਤਾ ਗਿਆ ਹੈ ਕਿ ਇਹਨੂੰ ਕਿਤੇ ਨਾ ਕਿਸੇ ਤਰੀਕੇ ਸਾਰਾ ਸਫਾਈ ਕਰਾਇਆ ਜਾਏ ਅਤੇ ਸੋਡੀਅਮ ਕਲੋਰਾਈਡ ਜਿਹੜਾ ਕਿ ਵਿਸ਼ੇਸ਼ ਪਦਾਰਥ ਹੈ ਜਿਹੜਾ ਕਿ ਹਸਪਤਾਲਾਂ ਦੀ ਔਰ ਖਾਸ ਕਰਕੇ ਆਪਰੇਸ਼ਨ ਥੀਏਟਰਾਂ ਦੀ ਸਫਾਈ ਵਾਸਤੇ ਕੀਤਾ ਜਾਂਦਾ ਹੈ ਉਹਨੂੰ ਜਿਹੜਾ ਹੈ ਇੱਥੇ ਕੀਤਾ ਜਾ ਰਿਹਾ ਹੈ ਔਰ ਸਾਰਾ ਜਿਹੜੇ ਰਸਤੇ ਨੇ ਉਹਨਾਂ ਨੂੰ ਜਿਹੜਾ ਹੈ ਸਾਫ਼ ਕੀਤਾ ਜਾ ਰਿਹਾ ਹੈ ਔਰ ਇਹਦੀ ਜਿਹੜੀ ਹੈ ਜਿਹੜੀ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਇਹਦਾ ਪ੍ਰੈਸ਼ਰ ਹੈ ਉਹ ਤਕਰੀਬਨ 15 ਫੁੱਟ ਤੱਕ ਜਾਂਦਾ ਹੈ ਜਿਹਦੇ ਨਾਲ ਕਿ ਆਸ ਪਾਸ ਦਾ ਜਿਹੜਾ ਵਾਇਰਸ ਹੈ ਉਹ ਵੀ ਕਿਲ ਹੁੰਦਾ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਛਿੜਕਾਅ ਜਿਹੜਾ ਕੀਤਾ ਜਾ ਰਿਹਾ ਜਿਹੜੇ ਰਸਤੇ ਨੇ ਜਿਹੜੇ ਕਿ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਉਂਦੇ ਨੇ ਉਹਨਾਂ ਨੂੰ ਜਿਹੜਾ ਸਾਫ਼ ਕੀਤਾ ਜਾ ਰਿਹਾ। ਤਕਰੀਬਨ ਜਿਹੜਾ ਇਹਦਾ ਪ੍ਰੈਸ਼ਰ ਹੈ ਇਹਦੇ ਨਾਲ ਸਭ ਤੋਂ ਵੱਡੀ ਚੀਜ਼ ਹੈ ਕਿ ਇਹ ਜਿਹੜਾ ਪ੍ਰੈਸ਼ਰ ਹੁੰਦਾ ਹੈ ਇਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਚਿੱਕੜ ਨਹੀਂ ਹੁੰਦਾ ਔਰ ਖਾਸ ਕਰਕੇ ਇੱਕ ਫੋਗਿੰਗ ਦੇ ਤੌਰ ਦੇ ਉੱਤੇ ਇਹਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਜਿਹੜੀਆਂ ਸਰਾਵਾਂ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸਾਫ਼ ਕੀਤਾ ਜਾ ਰਿਹਾ। ਤਸਵੀਰਾਂ ਅਸੀਂ ਅੰਮ੍ਰਿਤਸਰ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਦੀਆਂ ਸਰਾਵਾਂ ਦੀਆਂ ਦਿਖਾ ਰਹੇ ਨੇ। ਸਾਡੇ ਨਾਲ ਡਾਕਟਰ ਰੂਪ ਸਿੰਘ ਜੀ ਮੌਜੂਦ ਨੇ ਜੋ ਕਿ ਇਹ ਵਿਸ਼ੇਸ਼ ਉਪਰਾਲੇ ਨੂੰ ਕਰ ਰਹੇ ਨੇ। ਡਾਕਟਰ ਸਾਹਿਬ ਕੀ ਪ੍ਰਯਾਸ ਹੈ ਜੀ? ਇਹ ਮੇਨ ਉਪਰਾਲਾ ਇੱਕੋ ਹੀ ਆ ਕਿ ਜਿਹੜੀਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸੰਬੰਧਿਤ ਸਰਾਵਾਂ ਨੇ, ਰਸਤੇ ਨੇ, ਚਗਿਰਦਾ ਵਾ ਉਹਨੂੰ ਸੈਨੀਟੇਸ਼ਨ ਕਰਾ ਰਹੇ ਹਾਂ ਤਾਂ ਕਿ ਜਿਹੜੇ ਹਾਨੀਕਾਰਕ ਜੁਰਮ ਨੇ ਉਹਨਾਂ ਤੋਂ ਬਚਾਅ ਹੋ ਸਕੇ। ਅਸੀਂ ਸਿਹਤ ਵਿਭਾਗ ਦੀਆਂ ਡਾਇਰੈਕਸ਼ਨ ਅਨੁਸਾਰ ਜਿਹੜਾ ਪੰਜਾਬ ਦਾ ਫਾਇਰ ਵਿਭਾਗ ਹੈ ਨਗਰ ਨਿਗਮ ਅੰਮ੍ਰਿਤਸਰ ਦਾ ਉਹਦੇ ਸਹਿਯੋਗ ਨਾਲ ਇਹ ਕਾਰਜ ਕਰ ਰਹੇ ਹਾਂ। ਡਾਕਟਰ ਸਾਹਿਬ ਇਹਦਾ ਫਾਇਦਾ ਮਿਲੇਗਾ ਜੀ? ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਮਾਜਿਕ ਭਲੇ ਵਾਸਤੇ ਜਿਹੜਾ ਇਹ ਕੰਮ ਕੀਤਾ ਜਾ ਰਿਹਾ ਹੈ ਅਤੇ ਵਿਸ਼ੇਸ਼ ਤੌਰ ਦੇ ਉੱਤੇ ਸਰਾਵਾਂ ਨੂੰ ਜਿਹੜਾ ਸਾਫ਼ ਕਰਨ ਦਾ ਕੰਮ ਜਿਹੜਾ ਬਾਹਰ ਦਾ ਇਲਾਕਾ ਹੈ ਉਹਨੂੰ ਕੀਤਾ ਜਾ ਰਿਹਾ ਹੈ ਔਰ ਸਭ ਤੋਂ ਵੱਡੀ ਗੱਲ ਹੈ ਜਿਹੜਾ ਇਹਦਾ ਪ੍ਰੈਸ਼ਰ ਹੈ ਉਹ ਕਾਫੀ ਸਟਰੋਂਗ ਹੁੰਦਾ ਹੈ ਅਤੇ ਜਿਹੜਾ ਕਿ ਕੋਈ ਵੀ ਇਸ ਤਰ੍ਹਾਂ ਦਾ ਕੋਈ ਜਰਮਸ ਹੈ ਜਾਂ ਕੋਈ ਕੀਟਾਣੂ ਹੈ ਜਾਂ ਉਹਦੇ 'ਤੇ ਸਿੱਧੇ ਤੌਰ 'ਤੇ ਅਟੈਕ ਕਰਦਾ ਹੈ ਅਤੇ ਉਹਨੂੰ ਜਿਹੜਾ ਹੈ ਖਤਮ ਕਰਨ ਦੇ ਵਿੱਚ ਇੱਕ ਸਾਰਥਕ ਭੂਮਿਕਾ ਨਿਭਾਉਂਦਾ ਹੈ। ਸਰਾਵਾਂ ਦੇ ਮੈਨੇਜਰ ਸਾਹਿਬਾਨ ਸਾਡੇ ਨਾਲ ਮੌਜੂਦ ਨੇ। ਰੂਬੀ ਜੀ ਕੀ ਪ੍ਰਯਾਸ ਹੈ ਜਿਹੜਾ ਕਿ ਇਹਦੇ ਨਾਲ ਕੀ ਫਾਇਦਾ ਮਿਲੇਗਾ? ਇਹ ਆਪਣਾ ਦੱਸਿਆ ਵੀ ਆ ਤੁਹਾਨੂੰ ਡਾਕਟਰ ਰੂਪ ਸਿੰਘ ਹੋਣਾ ਜੀ ਨੇ ਸਾਡਿਆਂ ਨੇ ਚੀਫ ਸਕੱਤਰ ਸਾਹਿਬ ਨੇ ਵੀ ਇਹ ਜਿਹੜਾ ਵਾ ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਰਬਾਰ ਸਾਹਿਬ ਵੱਲੋਂ ਜਿਹੜੀ ਬੱਸ ਖਰੀਦੀ ਗਈ ਉਹਦੇ ਵੱਲੋਂ ਜਿਹੜਾ ਵਾ ਅੰਮ੍ਰਿਤਸਰ ਫਾਇਰ ਦੇ ਸਹਿਯੋਗ ਦੇ ਨਾਲ ਜਿਹੜਾ ਵਾ ਇਹ ਸਾਰਾ ਕਾਰਜ ਜਿਹੜਾ ਕੀਤਾ ਜਾ ਰਿਹਾ ਵਾ ਅਤੇ ਟੋਟਲੀ ਜਿਹੜਾ ਵਾ ਅੰਮ੍ਰਿਤਸਰ ਨੂੰ ਆਉਣ ਵਾਲੇ ਰਸਤੇ ਦਰਬਾਰ ਗੁਰਦੁਆਰਾ ਸਾਹਿਬ ਚਾਰ ਦੁਆਰੀ ਸਾਰੇ ਕੀਤਾ ਜਾਊਗਾ। ਸਰ ਜਿਹੜੇ ਸੋਡੀਅਮ ਕਲੋਰਾਈਡ ਕਿਹੜਾ ਇਸਤੇਮਾਲ ਕੀਤਾ? ਇਹ ਜੋ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੋ ਸਰਕਾਰ ਨੇ ਸਾਨੂੰ ਦਿੱਤਾ ਵਾ ਭੇਜਿਆ ਵਾ ਉਹ ਸਰਕਾਰ ਵੱਲੋਂ ਭੇਜਿਆ ਗਿਆ ਸਾਰਾ ਸੋਡੀਅਮ। ਤੋ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਇੱਕ ਸਾਰਾ ਵੱਡਾ ਏਰੀਆ ਹੈ ਕਿਉਂਕਿ ਹਰਿਮੰਦਰ ਸਾਹਿਬ ਦੇ ਆਸ ਪਾਸ ਦੇ ਜਿਹੜੇ ਇਲਾਕੇ ਨੇ ਅਕਸਰ ਕਾਫੀ ਵੱਡੇ ਨੇ ਔਰ ਖਾਸ ਕਰਕੇ ਰਸਤੇ ਵੀ ਕਾਫੀ ਜ਼ਿਆਦਾ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਰਸਤਿਆਂ ਦੇ ਵਿੱਚ ਆਮ ਜਨਤਾ ਦੀ ਆਮਦ ਜਿਹੜੀ ਹੈ ਬਹੁਤ ਜ਼ਿਆਦਾ ਸੀ ਜਿਹਨੂੰ ਲੈ ਕੇ ਅਕਸਰ ਸਵਾਲ ਖੜੇ ਹੁੰਦੇ ਸੀ। ਕਈ ਲੋਕ ਇਤਰਾਜ਼ ਵੀ ਕਰਦੇ ਸੀ ਕਿ ਜਹਾਂ ਜਿੱਥੇ ਜ਼ਿਆਦਾ ਭੀੜ ਹੈ ਔਰ ਉਸ ਜਗ੍ਹਾ ਨੂੰ ਜਿਹੜਾ ਹੈ ਸਾਫ਼ ਕਰਨਾ ਚਾਹੀਦਾ ਹੈ ਔਰ ਉਹਨੂੰ ਜਿਹੜਾ ਹੈ ਹੁਣ ਜਿਹੜਾ ਮੈਡੀਕਲ ਜਿਹੜਾ ਸੋਡੀਅਮ ਜਿਹੜਾ ਕਲੋਰਾਈਡ ਜਿਹੜਾ ਹੈ ਉਹਨੂੰ ਜਿਹੜਾ ਇਸਤੇਮਾਲ ਕੀਤਾ ਗਿਆ ਹੈ ਔਰ ਉਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹਦੀ ਸਾਫ਼ ਸਫਾਈ ਦਾ ਕੰਮ ਜਿਹੜਾ ਹੈ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਦਫ਼ਤਰ ਹੈ ਔਰ ਉਹਦੇ ਬਾਹਰ ਜਿਹੜਾ ਜੋੜਾਕਾਰ ਜਾਂ ਹੋਰ ਵੀ ਜਿਹੜੀਆਂ ਸਰਾਵਾਂ ਨੇ ਉਹਨਾਂ ਨੂੰ ਸਾਫ਼ ਕੀਤਾ ਜਾ ਰਿਹਾ। ਫਿਲਹਾਲ ਜਿਹੜਾ ਵਿਸ਼ੇਸ਼ ਤੌਰ 'ਤੇ ਜਿਹੜਾ ਇਹ ਤੁਸੀਂ ਪੰਪ ਦੇਖ ਰਹੇ ਹੋ ਜਾਂ ਜਿਹੜੀ ਮਸ਼ੀਨ ਦੇਖ ਰਹੇ ਹੋ ਇਹਦਾ ਜਿਹੜਾ ਮਕਸਦ ਜਿਹੜਾ ਘੱਟੋ ਘੱਟ ਸੈਨੀਟਾਈਜ਼ ਕਰਨਾ ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਇੱਥੇ ਪ੍ਰਯਾਸ ਜਿਹੜਾ ਕੀਤਾ ਜਾ ਰਿਹਾ ਹੈ ਜਿੱਥੇ ਕਿ ਸ਼੍ਰੀ ਹਰਿਮੰਦਰ ਸਾਹਿਬ ਦੇ ਬਾਹਰ ਦਾ ਜਿਹੜਾ ਚਗਰਦਾ ਹੈ ਉਹਨੂੰ ਜਿਹੜਾ ਹੈ ਸੈਨੀਟਾਈਜ਼ ਕੀਤਾ ਜਾ ਰਿਹਾ ਹੈ ਅਤੇ ਹਰਿਮੰਦਰ ਸਾਹਿਬ ਦੇ ਬਾਹਰ ਜਿਹੜੇ ਜਿੱਥੋਂ ਰਸਤੇ ਨੇ ਖਾਸ ਕਰਕੇ ਜਿਹੜਾ ਘੰਟਾਘਰ ਵਾਲਾ ਪਾਸਾ ਹੈ ਅਤੇ ਉਸ ਤੋਂ ਬਾਅਦ ਜਿਹੜਾ ਹੈ ਲੰਗਰ ਘਰ ਵਾਲਾ ਜਿਹੜਾ ਪਾਸਾ ਹੈ ਉਹਨੂੰ ਜਿਹੜਾ ਸੈਨੀਟਾਈਜ਼ ਕਰਨ ਦੀ ਗੱਲ ਇੱਥੇ ਜਿਹੜੀ ਕੀਤੀ ਜਾ ਰਹੀ ਹੈ ਔਰ ਖਾਸ ਤੌਰ 'ਤੇ ਲੰਗਰ ਘਰ ਦੀ ਇਮਾਰਤ ਜਿਹੜੀ ਹੈ ਉਹਨੂੰ ਜਿਹੜਾ ਹੈ ਇੱਥੇ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਤਸਵੀਰਾਂ ਅਸੀਂ ਦਿਖਾ ਰਹੇ ਹਾਂ ਅੰਮ੍ਰਿਤਸਰ ਦੀਆਂ ਨੇ ਜਿੱਥੇ ਕਿ ਇਹ ਵਿਸ਼ੇਸ਼ ਪ੍ਰਯਾਸ ਜਿਹੜਾ ਹੈ ਕੀਤਾ ਗਿਆ ਹੈ ਅਤੇ ਜਿਹੜਾ
इनू जरा सैनिटाइज करने का काम किया जा रहा है। तो तुम वेख सकते हो कि जड़िया सरावान ने खास तौर पर श्री गुरु रामदास निवास जोड़ा है इतने जी है सरावान के अंदर जाके भी जी है सेवा जी निभाई जा रही है उ जाके जी साफ सफाई जी सैनिटाइजेशन जी है की जा रही है और खास तौर के उत्ते जोड़ा कि प्रयास किया गया श्रोमणी कमेटी वालों किया गया है ताकि जोड़े रस्ते से जिते कि ज़्यादातर लोग आ रहे हैं और जोड़े इतने रहे ने उन्होंने करके कि ना कि जी दिक्कत होंगी है और उस समस्या दूर करने का काम जरा किया जा रहा है। सफाई सब तो व्डा अभियान जरा क्योंकि भारत मुल्क व्डा है कई बार सफाई पक्षों इस तरह की गल्ला सामने आदि ने कि जिदे करके कई तो व्डे नुकसान हो जाते हैं तो करोना के सब तो वही जी हिदायत है वह सफाई ही है और उस सफाई जरा है तुम देख सकते हो कि सरावान अंदरों तकन जरा सफाई की जा रही है और खास करके क्योंकि सरावान का विशेष तौर के उत्ते होंगे है क्योंकि इतने लोग जोड़े दूर दराजे तो आते हैं तो उन्होंने उस तो बाद कोई वायरस या कोई इस तरह का बैक्टीरिया ना रह जाए जिदे कि कोई भी कीटाणु इस तरह का रहे तो कि भविख्य लोगों नुकसान पहुँचावे तो उन्होंने वास्ते जरा विशेष प्रयास कमर के बाहर तुम देख सकते हो कि जरा इतने किया गया है खास तौर के उत्ते इतों की सफाई जी सब नालों इंपोर्टेंट होंगी है ओ देखी जा रही हरिमंदर साहब के बाहर बिल्कुल हरिमंदर साहब का जरा परिक्रमा है उत्थे जी है यह सफाई मुहिम नू किया जा रहा है। तस्वीर दिखा रहे हाँ अमृतसर दिया ने और अमृतसर के सचखंड श्री हरिमंदर साहब के बाहर जरा है इस सेवा इतने निभाया जा रहा है साफ सफाई श्री हरिमंदर साहब के चगिरदे की कीती जा रही है। लंगर घर जरा है जरा सब नालों ज़्यादा इंपोर्टेंट मनिया जाता है उत्थे भी सफाई सैनिटाइज सोडियम क्लोराइड जरा है उसका इस्तेमाल करके किया जा रहा है क्योंकि ये ज़्यादातर जोड़े हस्पताल के जोड़े कमरे होंगे ने वो धोते जाते हैं उत्थे जरा है जी सफाई की जा रही है। तो तुम वेख सकते हो कि जरा सफाई जी है विशेष मुहिम जी है चलाई जा रही है छत्तां तकन जरा है यदा प्रैशर जरा जाता है और उपर जरा है इनू करके जरा है इन्हों सफाई की जा रही है और असं दिखा रहे हाँ कि यदि रेंज जी है जिस जगह के उत्ते असं कर रहे हाँ बहुत ज़्यादा है और अक्सर लोग इतने रुकते दीवारा जरिया ने मेन जड़िया ने वेखन को मिलदिया है कि वह हमेशा ज़्यादातर प्रभावित होंगे क्योंकि लोग अक्सर इतने हाथ भी लगाते हैं और कहा जाता है कि कीटाणु या बैक्टीरिया जरा है वह इस जगह पर रुकता है और उन्होंने जरा है साफ करन दा काम जरा है इतने किया जा रहा है। श्रोमणी गुरुद्वारा प्रबंधक कमेटी वालों जरा है प्रयास जरा इतने किया जा रहा है जरा है श्रोमणी गुरुद्वारा प्रबंधक कमेटी के दफ्तर उन्होंने सरावान जरिया ने साफ कीतिया जा रही ने सैनिटाइज करन दा काम जरा किया गया है और जरिया सरकार दी इंस्ट्रक्शन ने उहदे नाल ही जरा इहदी सफाई की जा रही है आने वाले समय के होर ही प्रयास किए जाएंगे। तस्वीर असीं तुहानूं दिखा रहे हाँ अमृतसर दियां ने श्रोमणी गुरुद्वारा प्रबंधक कमेटी के मैंबर उन्होंने नाल नाल जिहड़े उन्होंने अधिकारी ने वह भी इत्थे मौजूद ने सारे रस्ते की सफाई श्रोमणी गुरुद्वारा प्रबंधक कमेटी तेजा सिंह समुंदरी हाल जिहड़ा है कि जो कि एक सिख विरासत दे नाल जुड़िया है और उहदे इलाके की जिहड़ी सारी जिहड़ी इत्थे सफाई जिहड़ी है की जा रही है। कमेटी का मानना है कि आने वाले समय च इस तरह के होर जिहड़े प्रयास किए जाएंगे जिहदे नाल कि जिहड़ा सैनिटाइज किया जाए तो यह जिहड़ी करोना वक्त की भयानक बीमारी है इत्थों लोगों नूं बचाया जाए और समाज नूं इस बीमारी तो मुक्त किया जाए। वड्डा प्रयास चंगा प्रयास है उम्मीद करते हाँ कि होर भी लोग आमने सामने आएंगे जिहदे नाल कि इस बीमारी नूं देरे लक्षण ने या जिहड़ा तो जागरूकता है वह की जाएगी तो लोगों नूं करोना मुक्त किया जाएगा। कैमरामैन अक्षय के नाल सुमित खन्ना जगबानी टीवी अमृतसर।